ਦਿਨ ਤੀਆਂ ਦੇ ਸੌਣ ਮਹੀਨੇ ਦਿਨ ਤੀਆਂ ਦੇ ਕੁੜੀਆਂ ਰਲ ਕੇ ਆਈਆਂ ਨੱਚਣ ਟੱਪਣ ਝੂਟਣ ਪੀਂਗਾ ਵੱਡਿਆਂ ਘਰਾਂ ਦੀਆਂ ਜਾਈਆਂ ਵੱਡਿਆਂ ਘਰਾਂ ਦੀਆਂ ਜਾਈਆਂ। ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਸਰਦਾਰ ਟਹਿਲ ਸਿੰਘ ਮੈਮੋਰੀਅਲ ਖਾਲਸਾ ਪਬਲਿਕ ਸਕੂਲ ਵੱਲੋਂ ਸੌਣ ਮਹੀਨੇ ਦੇ ਪ੍ਰਮੁੱਖ ਤਿਉਹਾਰ ਤੀਆਂ ਨੂੰ ਮਨਾਇਆ ਜਾ ਰਿਹਾ ਹੈ। ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਉਹ ਉਤਸ਼ਾਹ ਵਿੱਚ ਹਨ ਕਿ ਅੱਜ ਅਸੀਂ ਤੀਆਂ ਦਾ ਤਿਉਹਾਰ ਮਨਾਉਣ ਜਾ ਰਹੇ ਹਾਂ। ਸੋ ਪ੍ਰੋਗਰਾਮ ਦੀ ਆਰੰਭਤਾ ਕਰਨ ਤੋਂ ਪਹਿਲਾਂ ਅਸੀਂ ਇਹ ਜਾਣ ਲਈ ਕਿ ਅਸੀਂ ਇਹ ਤਿਉਹਾਰ ਨੂੰ ਮਨਾਉਂਦੇ ਕਿਉਂ ਹਾਂ, ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਕੀ ਹੈ। ਇਹ ਜਿਹੜਾ ਤਿਉਹਾਰ ਹੈ ਇਹ ਹਿਮਾਚਲ ਵਿੱਚ ਵੀ ਮਨਾਇਆ ਜਾਂਦਾ ਹੈ ਤੇ ਹੋਰ ਵੀ ਹਰਿਆਣਾ ਇਹੋ ਜਿਹੇ ਕਈ ਸਟੇਟਸ ਹਨ ਜਿਨ੍ਹਾਂ ਵਿੱਚ ਅਸੀਂ ਇਸ ਨੂੰ ਮਨਾਉਂਦੇ ਹਾਂ, ਪਰ ਪੰਜਾਬ ਵਿੱਚ ਇਸ ਦੀ ਅਹਿਮੀਅਤ ਖਾਸ ਕਰਕੇ ਦੇਖਣ ਨੂੰ ਮਿਲਦੀ ਹੈ। ਸੋ ਸਭ ਤੋਂ ਪਹਿਲਾਂ ਇਹ ਜਾਣੀਏ ਕਿ ਅਸੀਂ ਸਾਉਣ ਦੇ ਮਹੀਨੇ ਵਿੱਚ ਇਸ ਤਿਉਹਾਰ ਨੂੰ ਕਿਉਂ ਮਨਾਉਂਦੇ ਹਾਂ। ਪਹਿਲਾਂ ਕੁਝ ਸਮਾਂ ਇਹੋ ਜਿਹਾ ਹੁੰਦਾ ਸੀ ਕਿ ਜਿਹੜੇ ਘਰ ਹੁੰਦੇ ਸੀ ਉਹ ਕੱਚੇ ਹੁੰਦੇ ਸੀ, ਚੌਂਦੇ ਹੁੰਦੇ ਸੀ ਤੇ ਉਹਨਾਂ ਵਿੱਚ ਦੋ ਤਿੰਨ ਹੀ ਕਮਰੇ ਹੁੰਦੇ ਸੀ। ਜਿਹੜੀਆਂ ਕੁੜੀਆਂ ਵਿਆਹੀਆਂ ਵਰੀਆਂ ਹੁੰਦੀਆਂ ਸੀ, ਖਾਸ ਕਰਕੇ ਜਿਹੜੀਆਂ ਨਵੀਆਂ ਵਿਆਹੀਆਂ ਕੁੜੀਆਂ ਉੱਥੇ ਜਾਂਦੀਆਂ ਸੀ, ਉਹਨਾਂ ਨੇ ਘੱਗਰੇ ਪਾਏ ਹੁੰਦੇ ਸੀ, ਘੁੰਡ ਕੱਢਿਆ ਹੁੰਦਾ ਸੀ ਤੇ ਇਹੋ ਜਿਹੇ ਵਕਤ ਵਿੱਚ ਇਹੋ ਜਿਹੀਆਂ ਪ੍ਰੋਬਲਮਸ ਨੂੰ ਉਹ ਫੇਸ ਕਰਦੀਆਂ ਸੀ, ਜਿਸ ਵਿੱਚ ਉਹਨਾਂ ਨੂੰ ਇਹ ਦੇਖਦਿਆਂ ਹੋਇਆਂ ਜਿਹੜੇ ਉਹਨਾਂ ਦੇ ਮਾਪੇ ਸੀ ਪੇਕੇ ਘਰੋਂ ਉਹ ਸੌਣ ਦੇ ਮਹੀਨੇ ਆਉਂਦੇ ਸੀ। ਸੋ ਫਿਰ ਜਿਹੜੇ ਵਿਆਹੀਆਂ ਵਰੀਆਂ ਕੁੜੀਆਂ ਸੀ, ਖਾਸ ਕਰਕੇ ਉਹਨਾਂ ਨੂੰ ਉਹਨਾਂ ਦੇ ਭਰਾ ਲੈਣ ਆਉਂਦੇ ਸੀ। ਇੱਥੇ ਮੈਨੂੰ ਇੱਕ ਬਹੁਤ ਹੀ ਵਧੀਆ ਸਤਰਾ ਇੱਕ ਬੋਲੀ ਯਾਦ ਆ ਰਹੀ ਹੈ, ਸੋਹਰੇ ਕੈਦ ਕੱਟੀ ਨਾ ਚੋਰੀ ਨਾ ਡਾਕਾ। ਮੈਨੂੰ ਲੱਗਦਾ ਹੈ ਕਿ ਇੱਥੇ ਉਹੀ ਕੈਦ ਦੀ ਗੱਲ ਹੁੰਦੀ ਪਈ ਆ ਜਿਹੜੀਆਂ ਪ੍ਰੋਬਲਮਸ ਉਹ ਜਿਹੜੀਆਂ ਕੁੜੀਆਂ ਸੀ ਵਿਆਹੀਆਂ ਕੁੜੀਆਂ ਉਹ ਉਸ ਸੌਣ ਦੇ ਮਹੀਨੇ ਵਿੱਚ ਫੇਸ ਕਰਦੀਆਂ ਸੀ। ਸੋ ਇਸ ਤਰ੍ਹਾਂ ਸੌਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਣ ਲੱਗਾ। ਹੁਣ ਮੈਂ ਗੱਲ ਕਰਨਾ ਚਾਹਾਂਗੀ ਕਿ ਤੁਸੀਂ ਸਭ ਜਾਣਦੇ ਹੋ ਕਿ ਇਸ ਤਿਉਹਾਰ ਵਿੱਚ ਪੀਂਗਾ ਝੂਟਣ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ। ਕੁਝ ਵਿਆਹੀਆਂ ਹੁੰਦੀਆਂ ਹਨ, ਕੁਝ ਕੁਆਰੀਆਂ ਹੁੰਦੀਆਂ ਹਨ ਜਿਹੜੀਆਂ ਪੀਂਗਾ ਝੂਟਦੀਆਂ ਹਨ ਤੇ ਉਹ ਪੀਂਗਾ ਝੂਟਦੇ ਵਕਤ ਬਹੁਤ ਬੋਲਦੀਆਂ ਕੀ ਹਨ। ਉੱਚੀ ਪਿਪਲੀ ਵੇ ਪੀਂਗਾ ਪਾਈਆਂ ਸ਼ਾਮਾਂ ਝੂਟਾ ਦੇ ਜੋ ਜੀ ਕੋਲੇ ਆ ਕੇ। ਉਹ ਫਿਰ ਅੱਗੋ ਗਾਉਂਦੀਆਂ, ਪਹਿਲੇ ਝੂਟੇ ਜੀ ਮੇਰੀ ਕੈਠੀ ਟੁੱਟੀ, ਪਹਿਲੇ ਝੂਟੇ ਜੀ ਮੇਰੀ ਕੈਠੀ ਟੁੱਟੀ, ਦੂਜੇ ਝੂਟੇ ਜੀ ਲੜੀਆਂ ਚਾਰੇ, ਕੌਣ ਬਣਾਵੇ ਮੇਰੀ ਕੈਠੀ ਟੁੱਟੀ, ਕੌਣ ਬਣਾਵੇ ਮੇਰੀਆਂ ਲੜੀਆਂ ਚਾਰੇ। ਫਿਰ ਜਵਾਬ ਵੀ ਉਹ ਖੁਦ ਹੀ ਦੇ ਦਿੰਦੀਆਂ ਸਨ, ਕਹਿੰਦੀਆਂ ਵੀਰ ਕਢਾਵੇ ਜੀ ਮੇਰੀ ਕੈਠੀ ਟੁੱਟੀ, ਵੀਰ ਕਢਾਵੇ ਜੀ ਮੇਰੀ ਕੈਠੀ ਟੁੱਟੀ, ਭਾਬੋ ਬਣਾਵੇ ਲੜੀਆਂ ਚਾਰੇ। ਇਸ ਤਰ੍ਹਾਂ ਉਹ ਗੋਦੀਆਂ ਪੀਂਗਾਂ ਝੂਟਦੀਆਂ ਤੇ ਸੌਣ ਦੇ ਪਹਿਲੇ ਹਫ਼ਤੇ ਵਿੱਚ ਜਿਹੜੀਆਂ ਪੀਂਗਾਂ ਉਹ ਝੂਟਦੀਆਂ ਸੀ, ਫਿਰ ਸ਼ਾਮ ਨੂੰ ਹੱਸਦੀਆਂ ਖੇਡਦੀਆਂ ਉਹ ਵਾਪਸ ਆਪਣੇ ਘਰੇ ਆ ਜਾਂਦੀਆਂ ਸੀ। ਜਦੋਂ ਗਿੱਧਾ ਹੁੰਦਾ ਹੈ, ਹੁਣ ਤਾਂ ਭਾਵੇਂ ਤੀਆਂ ਜਿਹੜੀਆਂ ਸਟੇਜੀ ਰਹਿ ਗਈਆਂ ਹਨ, ਇਹ ਪਹਿਲਾਂ ਦਾ ਰੁੱਖ ਨਹੀਂ ਹੈ, ਪਰ ਹਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਇੱਥੇ ਬੱਚਿਆਂ ਦੇ ਸਾਹਮਣੇ ਜਦੋਂ ਇਹ ਦ੍ਰਿਸ਼ ਆਉਂਦਾ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਤੀਆਂ ਦਾ ਤਿਉਹਾਰ ਵੀ ਕੁਝ ਹੈ ਜੋ ਪਹਿਲਾਂ ਮਨਾਇਆ ਕਰਦੇ ਸਨ। ਸੋ ਹੁਣ ਗਿੱਧੇ ਵਿੱਚ ਜੋ ਬੋਲੀਆਂ ਪੈਂਦੀਆਂ ਹਨ ਉਹਨਾਂ ਬਾਰੇ ਮੈਂ ਹੀ ਤੁਹਾਨੂੰ ਦੱਸਾਂਗੀ। ਸਾਡੇ ਸਕੂਲ ਦੇ
Thank you.